ਸਸੀਕਲ ਜੀ ਜਿਹੜੀ ਹੁਣ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਆਖਰਕਾਰ ਇਹ ਅਸੀਂ ਛੋਟੀ ਜੀ ਚੀਜ਼ ਕਰਦੇ ਸੀ ਕਿ ਐਡੀ ਬਡੀ ਸਮੱਸਿਆ ਖੜੀ ਹੋ ਸਕਦੀ ਹੈ ਕਿ ਇੱਕ ਵੱਡੇ ਹਸਪਤਾਲ ਨੇ ਆਖਰਕਾਰ ਉਹ ਤੇ ਰਿਸਰਚ ਹੀ ਕਰ ਮਾਰੀ ਹੁਣ ਇਹ ਚੀਜ਼ ਆਖਰਖਰੀ ਇਹ ਕਹੀਏ ਕਿ ਇਨਸਾਨੀ ਜ਼ਰੂਰਤ ਵੀ ਆ ਤੇ ਦੂਜੇ ਪਾਸੇ ਗੱਲ ਇਹ ਆ ਲੋਕਾਂ ਦਾ ਸ਼ੌਂਕ ਵੀ ਬਣ ਚੁੱਕਿਆ ਹੈਗਾ ਇਹ ਮੈਂ ਗੱਲ ਕਰਨ ਲੱਗਿਆ ਸ਼ੇਅਰ ਕਰ ਦਿਓ ਵੱਧੋ ਵੱਧ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਕਿੰਨੇ ਲੋਕ ਇਹ ਸੁਣਦੇ ਨੇ ਤੇ ਦੂਜੇ ਪਾਸੇ ਇਹ ਕਿ ਆਖਰ ਸੱਚੀ ਉਹ ਕਿ ਸਮੱਸਿਆ ਪ੍ਰੇਸ਼ਾਨੀ ਆਉਂਦੀ ਆ ਕਿਉਂਕਿ ਇਹ ਵੀ ਇੱਕ ਰਿਸਰਚ ਦਾ ਹੀ ਹਿੱਸਾ ਬਣ ਜਾਂਦਾ ਜਦੋਂ ਵੱਧੋ ਵੱਧ ਲੋਕ ਆਪਦੀ رائے ਦੱਸਦੇ ਨੇਗੇ ਹੁਣ ਗੱਲ ਕਰਨ ਲੱਗਿਆ ਮੈਂ ਗੱਲ ਕਰੀ ਆ ਵੱਡੇ ਹਸਪਤਾਲ ਦਾ ਭਾਵ ਕਿ ਪੀਜੀਆਈ ਚੰਡੀਗੜ੍ਹ ਦੀ ਪੀਜੀ ਚੰਡੀਗੜ੍ਹ ਨੇ ਕਰ ਸਰਚ ਕਰੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਜ਼ਿਆਦਾਤਰ ਲੋਕ 이어ਫੋਨ ਲਾ ਕੇ ਰੱਖਦੇ ਨੇ ਯਾਨੀ ਕਿ ਹੈੱਡਫੋਨ ਅਸੀਂ ਆਮ ਤੌਰ ਤੇ ਆ ਵੀ ਗਾਣੇ-ਗੂਣੇ ਸੁਣਨੇ ਅੱਜ ਕੱਲ੍ਹ ਲੋਕ ਆਈਪੈਡ ਆਈਪੋਡ ਜਿਹਨੇ ਜਿਹੜੇ ਉਹ ਬਹੁਤ ਲਾਉਂਦੇ ਨੇ ਫਿਰ ਗੱਲ ਇਹ ਆ ਵੀ ਆਈਪੋਡ ਤੋਂ ਇਲਾਵਾ ਜਿਹੜਾ ਜਿੰਨਿਕ ਕਪੈਸਿਟੀ ਰੱਖਦਾ ਹੋ ਜਿਸ ਹਿਸਾਬ ਦੇ ਨਾਲ ਮਹਿੰਗੇ ਸਸਤੇ ਜਿਹੜੇ ਹੈੱਡਫੋਨ ਲੈਂਦਾ ਇੱਕੋ ਤੁਸੀਂ ਵੱਡੇ-ਵੱਡੇ ਖਾਂਚੇ ਜੀ ਦੇਖੇ ਹੋਣੇ ਆ ਉਹ ਬਹੁਤ ਲੋਕ ਕਰਨਾ ਤੇ ਲਈ ਫਿਰਦੇ ਨੇ ਹੁਣ ਗੱਲ ਇਹ ਹੈ ਕਿ ਆਖਰਕਾਰ ਲੋਕਾਂ ਨੂੰ ਹੁੰਦਾ ਵੀ ਧਮ ਧਮ ਵੱਜੀ ਆਵੇ ਤੇ ਉੱਚੀ ਆਵਾਜ਼ ਜਿਹੜੀ ਛੱਡੀ ਹੋਵੇ ਤੇ ਲੋਕ ਮਸਤ ਹੋ ਕੇ ਖੈਰ ਇੰਜੋਏ ਕਰਦੇ ਨੇ ਪਰ ਇਸ ਚੀਜ਼ ਦੇ ਮਾੜੇ ਪ੍ਰਭਾਵ ਜੇ ਕਿਹਾ ਜਾਵੇ ਕਿ ਆਖਰਕਾਰ ਪੀਜੀ ਵਿੱਚ ਦੇਖਣ ਨੂੰ ਮਿਲੇ ਤਾਂ ਫਿਰ ਉਹਨਾਂ ਦਾ ਰਿਸਰਚ ਹੀ ਕਰਮਾਰੀ ਪਤੰਦਰਾ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਮੀਡੀਆ ਰਿਪੋਰਟਿੰਗ ਖੈਰ ਛਪੀਆ ਜੀ ਚ ਕਹਿੰਦੇ ਨੇ ਕਿ ਹਿਅਰਿੰਗ ਵਰਲਡ ਹਿਅਰਿੰਗ ਡੇ ਸੀ ਗੱਲ ਕਰ ਹਿਅਰਿੰਗ ਡੇ ਨੂੰ ਤਾਂ ਛੱਡਦੇ ਆ ਪਰ ਗੱਲ ਇਹ ਹੈ ਕਿ ਕਹਿੰਦੇ ਪਿਛਲੇ ਕੁ ਸਾਲਾਂ ਚ 이어ਫੋਨ ਹੈੱਡਫੋਨ ਜਾਂ 이어 버ड्स ਦੇ ਦੀ ਵਰਤੋਂ ਆ ਜਿਹੜੀ ਵਧੀ ਹੈਗੀ ਖੈਰ ਇਹ ਚੋ ਦੋ ਰਾਈ ਨਹੀਂ ਸਾਡੇ ਦੇਖਦੇ ਦੇਖਦੇ ਸਾਹਮਣੇ ਗੱਲ ਆ ਗਈ ਆ ਲਿਖਿਆ ਜ ਅੱਜ ਜਦੋਂ ਗੱਲ ਕਰਦੇ ਆ ਤਾਂ ਕਹਿੰਦੇ ਕੰਨ ਚ ਹਿਅਰਿੰਗ ਪ੍ਰੋਬਲਮ ਹੈ ਜਿਹੜੀ ਉਹ ਜਿਹੜੀ ਪੂਰੀ ਦੁਨੀਆ ਚ ਖੰਭੀਰ ਸਮੱਸਿਆ ਬਣ ਚੁੱਕੀ ਹੈ ਲੇਟੈਸਟ ਰਿਪੋਰਟ ਚੰਡੀਗੜ੍ਹ ਪੀਜੀਆ ਦੇ ईएनटी ਵਿਭਾਗ ਦੀ ਆਈ ਹੈ ਜਿਹਦੇ ਚ ਸਪੀਚ ਐਂਡ ਹਿਅਰਿੰਗ ਯੂਨਿਟ ਨੇ ਦੇ ਜਿਹੜੇ ਸਪੈਸ਼ਲਿਸਟ ਨੇ ਇੱਕ ਸਟੱਡੀ ਕੀਤੀ ਹੈ ਜਿੱਚ ਨੌਜਵਾਨਾਂ ਚ ਵਾਧਾ ਹੋਇਆ ਵਾਧੇ ਸੁਣਨ ਦੀ ਸਮੱਸਿਆ ਨੂੰ ਲੈ ਕੇ ਰਿਪੋਰਟਰ ਦਸੀ ਦੇ ਵਿੱਚ ਜਿਹੜੇ ਤੱਥ ਆਏ ਨੇ ਕਹਿੰਦੇ ਉਹ ਬਹੁਤ ਹੈਰਾਨੀ ਕਰਨ ਵਾਲੇ ਨੇ ਰਿਪੋਰਟ ਦੇ ਮੁਤਾਬਕ 24 ਘੰਟਿਆਂ ਦੇ ਵਿੱਚੋਂ 2 ਘੰਟੇ 이어ਫੋਨ ਦੇ ਨਾਲ ਗਾਣਾ ਸੁਣਨਾ ਕਿੰਨਾ ਖਤਰਨਾਕ ਹੋ ਸਕਦਾ ਹੈ ਉਹ ਚੀਜ਼ਾਂ ਨੂੰ ਲੈ ਕੇ ਕਹਿੰਦੇ ਤੱਥ ਜੁਟਾਏ ਨੇ ਉਹ ਕਹਿੰਦੇ ਨੇ ਕੀ ਕਹਿੰਦੇ ਜਿਹੜੇ ਨੌਜਵਾਨ ਦੋ ਨੌਜਵਾਨ ਮੁੰਡੇ ਕੁੜੀਆਂ ਸਾਰੀ ਆਗੇ ਵਿੱਚ 2 ਘੰਟੇ ਤੋਂ ਜ਼ਿਆਦਾ ਤੇਜ਼ ਆਵਾਜ਼ ਦੇ ਨਾਲ 이어ਫੋਨ ਦੇ ਗਾਣੇ ਸੁਣਦੇ ਨੇ ਤੇ ਉਹਨਾਂ ਦੀ ਸੁਣਨ ਦੀ ਕਸ਼ਮਤਾ ਤੇਜ਼ੀ ਨਾਲ ਘਟ ਹੋ ਰਹੀ ਆ 35 ਸਾਲ ਦੇ ਘੱਟ ਉਮਰ ਦੇ ਨੌਜਵਾਨਾਂ ਦੀ ਜਿਹੜੀ ਕੰਮ ਸੁਣਨ ਦੀ ਜਿਹੜੀ ਸੰਬੰਧਿਤ ਅ ਪਰੇਸ਼ਾਨੀਆਂ ਨੇ ਪ੍ਰੋਬਲਮਾਂ ਨੇ ਕਹਿੰਦੇ ਸਭ ਤੋਂ ਜ਼ਿਆਦਾ ਆ ਰਹੀਆਂ ਨੇ ਪਹਿਲੇ ਪਹਿਲਾ 45 ਤੋਂ 50 ਸਾਲ ਦੀ ਉਮਰ ਦੇ ਲੋਕਾਂ ਨੂੰ ਘਟ ਸੁਣਨ ਦੀ ਜਿਹੜੀ ਸੰਬੰਧਿਤ ਜਿਹੜੀਆਂ ਸ਼ਿਕਾਇਤਾਂ ਕੰਪਲੇINTS ਆਉਂਦੀਆਂ ਹੁੰਦੀਆਂ ਸੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ 80 ਡਿਸੇਬਲ ਤੋਂ ਜ਼ਿਆਦਾ ਦੀ ਜਿਹੜੀ ਮਤਲਬ ਮਿਊਜ਼ਿਕ ਹੈ ਜਾਂ ਕਿ ਇਹ ਆਵਾਜ਼ਾਂ ਖਤਰਨਾਕ ਹੁੰਦੀ ਹੈ ਅ ਇਹ ਸਿੱਧੇ ਸਾਡੇ ਸ਼੍ਰਵਨ ਸੈੱਲ ਹੁੰਦੇ ਨੇ ਕਹਿੰਦੇ ਕੋਈ ਉਹਨੂੰ ਪ੍ਰਭਾਵਿਤ ਕਰਦੀ ਹੈ ਕਹਿੰਦੇ ਕਹਿੰਦੇ ਜਦੋਂ ਕਿ ਨੌਜਵਾਨ ਜ਼ਿਆਦਾਤਰ 90 ਤੋਂ 100 ਡਿਸੇਬਲ ਦੇ ਗਾਣੇ ਸੁਣਦੇ ਨੇ ਉਥੇ ਰਿਪੋਰਟ ਦੇ ਅਨਸਾਰ ਕਹਿੰਦੇ ਦਿਨ ਦੇ ਵਿੱਚ 2 ਘੰਟੇ ਤੋਂ ਜ਼ਿਆਦਾ 이어ਫੋਨ ਲਗਾਉਣ ਦੀ ਸਲਾਹ ਕਹਿੰਦੇ ਅਸੀਂ ਨਹੀਂ ਦਿੰਦੇ ਹੈਗੇ ਤੁਹਾਨੂੰ ਦੱਸ ਦਈਏ ਕਿ ਸਟੱਡੀ ਘੱਟ ਸੁਣਨ ਦੇਣ ਵਾਲੇ ਲੋਕਾਂ ਦੀ ਸ਼ਿਕਾਇਤ ਦੇ ਆਧਾਰ ਤੇ ਤੈਅ ਕੀਤੀ ਗਈ ਹੈ ਤੇਜ਼ ਆਵਾਜ਼ ਦੇ ਦੇ ਇੱਕ ਤਰ੍ਹਾਂ ਦੇ ਸਲੋ ਪੋਇਜ਼ਨ ਸਲੋ ਪੋਇਜ਼ਨ ਹੈ ਕਹਿੰਦੇ ਇਸ ਤੋਂ ਪਹਿਲਾਂ 이어ਫੋਨ ਲਗਾਉਣ ਤੋਂ ਪਹਿਲਾਂ ਹਰ ਦਿਨ ਹਰ ਦਿਨ ਨੁਕਸਾਨ ਹੁੰਦਾ ਤੇ ਜਿਹਨੂੰ ਲੋਕ ਸਮਝ ਨਹੀਂ پا ਰਹੇ ਹੈਗੇ ਭਾਰਤ ਦੇ ਵਿੱਚ 12 12 ਦੇ ਵਿੱਚੋਂ ਕਹਿੰਦੇ ਇੱਕ ਵਿਅਕਤੀ ਨੂੰ ਸੁਣਨ ਦੀ ਸਮੱਸਿਆ ਸਾਹਮਣੇ ਆ ਰਹੀ ਹੈ Indian Medical Structure ਨੇ ਕਹਿੰਦੇ 2020 ਦੇ ਵਿੱਚ ਇੱਕ ਸਟੱਡੀ ਪਬਲਿਸ਼ ਕੀਤੀ ਸੀ ਜਿਦੇ ਚ ਕਿਹਾ ਸੀ ਕਿ ਸੱਚ ਦੇ ਮੁਤਾਬਕ ਭਾਰਤ ਦੇ ਵਿੱਚ 12 ਦੇ 12 ਦੇ ਪਿੱਛੇ ਯਾਨੀ ਕਿ ਇੱਕ ਇੱਕ ਬੰਦੇ ਨੂੰ ਸੁਣਨ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਤੇ ਭਾਰਤ ਦੀ ਆਬਾਦੀ 6.3% ਦੀ ਲੋਕ ਘਟ ਸੁਣਨ ਦੀ ਬਿਮਾਰੀ ਤੋਂ ਪੀੜਤ ਨੇ ਮੈਸੂਰ ਦੇ ਆਲ ਇੰਡੀਆ ਇੰਸਟੀਚਿਊਟ ਆਫ ਸਪੀਚ ਐਂਡ ਹਿਅਰਿੰਗ ਐਡਾਇਲੋਜੀ ਡਿਪਾਰਟਮੈਂਟ ਦੀ ਇੱਕ ਸਟੱਡੀ ਚ ਪਤਾ ਲੱਗਿਆ ਕਿ ਕਹਿੰਦੇ 68% ਦੀ ਲੋਕ ਮਾਡਰਨ ਗੈਜਟਸ ਵਰਤਦੇ ਨੇ ਤੇ 뮤직 ਸੁਣਨਾ ਪਸੰਦ ਕਰਦੇ ਨੇ ਇਹਦੇ ਚੋਂ 8% ਦੀ ਲੋਕਾਂ ਦਾ ਸੁਣਨ ਦੀ ਅ ਜਿਹੜੀ ਸੁਣਨ ਦੀ ਜਿਹੜੀ ਕਪੈਸਿਟੀ ਹੈ ਕਹਿੰਦੇ ਉਹਦੇ ਵਿੱਚ ਫਰਕ ਪੈ ਚੁੱਕਿਆ 9.7% ਦੀ ਲੋਕ ਕੰਨਾਂ ਦੇ ਵਿੱਚ ਸੀਟੀਆਂ ਵੱਜਣ ਦੇ ਸ਼ਿਕਾਇਤ ਦੱਸਦੇ ਨੇ 4.5% ਲੋਕ ਆਪਣੇ ਕੰਨਾਂ ਨੂੰ ਬਲੌਕ ਬੰਦ ਮਹਿਸੂਸ ਕਰਦੇ ਨੇ ਉੱਥੇ 5.6% ਦੀ ਲੋਕਾਂ ਨੂੰ ਕੰਨ ਦੀ ਕਹਿੰਦੇ ਭਾਰੀਪਨ ਮਹਿਸੂਸ ਹੁੰਦਾ ਤੇ ਨਾਲ ਹੀ ਜੇਕਰ ਪੀਐਲਡੀ ਯਾਨੀ ਕਿ ਪਰਸਨਲ ਲਿਸਨਿੰਗ ਡਿਵਾਈਸ ਦਾ ਇਸਤੇਮਾਲ ਕਰਦੇ ਨੇ ਤਾਂ ਤੁਹਾਡੇ ਕੰਨ ਦੇ ਸ਼ੋਰ ਸਹਿ ਸਕਦਾ ਹੈ ਇਹ ਲਿਮਟ ਕੀ ਹੈ ਸਟੱਡੀ ਦੇ ਮੁਤਾਬਕ ਆਮ ਗਲਵਾਦ ਦੇ ਦੌਰਾਨ 60 ਤੋਂ 65 ਡੀਸੀਬਲ ਕਹਿੰਦੇ ਸਾਊਂਡ ਪੈਦਾ ਹੁੰਦਾ ਤੇ ਜੋ ਕਿ ਖਤਰਨਾਕ ਨਹੀਂ ਹੈ ਜੇਕਰ ਤੁਹਾਡੇ ਆਸੇ ਪਾਸੇ ਸ਼ੋਰ ਹੱਲਾ ਹੰਗਾਮੇ ਦੇ ਲੈਵਲ 90 ਤੋਂ 95 ਡੀਸੀਬਲ ਆਇਆ ਤਾਂ ਸੁਣਨ ਦੀ ਸਮੱਸਿਆ ਹੋ ਸਕਦੀ ਹੈ ਜੇਕਰ ਤੁਹਾਡੇ ਅਸੇਪਾਸੇ 125 ਡੈਸੀਬਲ ਪਹੁੰਚਦਾ ਤਾਂ ਕੰਨਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਤਾਂ ਇਸੇ ਸ਼ੋਰ ਦੇ ਕਾਰਨ 140 ਡੈਸੀਬਲ ਪਹੁੰਚਦਾ ਤੇ ਵਿਅਕਤੀ ਬહેરા ਹੋ ਜਾਂਦਾ ਹੁਣ ਗੱਲ ਇਹ ਹੈ ਕਿ ਆਖਰ ਕਰਕੇ ਬਹੁਤ ਸਾਰੇ ਲੋਕ ਹੈੱਡਫੋਨ ਯੂਜ਼ ਕਰਦੇ ਨੇ ਤੇ ਜਿਹੜੇ ਮੈਂ ਡਾਟਾ ਤੁਹਾਨੂੰ ਦਿੱਤੇ ਨੇ ਇਹ ਇੱਕ ਪੀਜੀਆ ਵੱਡਾ ਵਰਗਾ ਵੱਡਾ ਇੱਕ ਜਿਹੜਾ ਹੈਗਾ ਮੈਡੀਕਲ ਇੰਸਟੀਟਿਊਸ਼ਨ ਆ ਤਾਂ ਉਹਦੇ ਵਿੱਚ ਸਮਝਿਆ ਜਾ ਸਕਦਾ ਕਿ ਉਹਨਾਂ ਨੇ ਕਿਸੇ ਗੱਲ ਤੋਂ ਹੀ ਇਹ ਗੱਲ ਕਹੀ ਆ ਹੁਣ ਜਿਹੜੇ ਜਵਾਕ ਤੁਹਾਡੇ ਨਹੀਂ ਮੰਨਦੇ ਤੇ ਜਿਹੜੇ ਲੋਕ ਲਗਾਤਾਰ ਹੈੱਡਫੋਨ ਕੰਨਾਂ 'ਚ ਫਸਾਏ ਫਿਰ ਜਾਂਦੇ ਨੇ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਨੇ ਵੀ ਪੰਜਾਬੀ 'ਚ ਆਪਾਂ ਕਹ ਉਹਨਾਂ ਨੂੰ ਇਹ ਚੀਜ਼ ਸੁਣਾ ਦਿਓ ਤੇ ਪੜਾ ਦਿਓ ਕਿ ਆਖਰਕਾਰ ਬਾਈ ਤੁਸੀਂ ਲਗਾਤਾਰ ਲਾ ਕੇ ਸੁਣ ਕੇ ਸਵਾਦ ਤਾਂ ਲਈ ਜਾਂਦੇ ਹੋ ਉਹਦੀ ਸਮੱਸਿਆ ਪਰੇਸ਼ਾਨੀ ਕੀ ਹੋ ਰਹੀ ਹੈ ਉਹ ਇੱਕ ਵੱਡੇ ਤੌਰ ਤੇ ਹੁਣ ਸਾਹਮਣੇ ਆਉਣ ਲੱਗੀ ਹੈਗੀ ਧੰਨਵਾਦ